ਚੇਟਾਲੀ ਤੇ ਕੁੱਗੀਆਂ ਦਾ ਜੋੜਾ ਮਾਵਾਂ ਤੀਆਂ ਦਾ ਡਾਡਾ ਵਿਛੋੜਾ ਰੱਬਾ ਕਿਤੇ ਮਿਲੀਏ ਸੌਣ ਮਹੀਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨੀ ਸੰਤੋ ਬੰਤੋਂ ਹੋਈਆਂ ਇਕੱਠੀਆਂ ਜਿਹੜਾ ਪ੍ਰੋਗਰਾਮ ਹੈ ਨਿਹਾਲ ਸਿੰਘ ਵਾਲੇ ਟੀਚਰ ਕਲੋਨੀ ਦੇ ਵਿੱਚ ਲੱਗਿਆ ਹੋਇਆ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਅਸੀਂ ਸਾਰੀਆਂ ਭੈਣਾਂ ਰਲ ਕੇ ਮਨਾ ਰਹੀਆਂ ਵਾਂ ਅਤੇ ਤੁਸੀਂ ਦੇਖ ਹੀ ਰਹੇ ਹੋ ਸਾਰਿਆਂ ਦੇ ਚਿਹਰਿਆਂ 'ਤੇ ਬਹੁਤ ਜੋਸ਼ ਹੈ ਬਹੁਤ ਖੁਸ਼ੀ ਮਨਾਈਆਂ ਜਾ ਰਹੀਆਂ ਕਿ ਘਰ ਦੇ ਕੰਮਾਂ ਧੰਦਿਆਂ ਨੂੰ ਛੱਡ ਕੇ ਅਸੀਂ ਇੱਥੇ ਥੋੜ੍ਹਾ ਟਾਈਮ ਸਕੂਨ ਦਾ ਗੁਜ਼ਾਰ ਰਹੇ ਹਾਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹਾ ਵਿਰਸਾ ਤੁਹਾਨੂੰ ਕਿਤੇ ਵੀ ਚਲੇ ਜਾਓ ਕਿਤੇ ਵੀ ਨਹੀਂ ਲੱਭਣਾ ਇਹ ਵਿਰਸਾ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ ਇਹ ਦਿਲ ਦੀਆਂ ਗਹਿਰਾਈਆਂ ਤੋਂ ਛੂਹਿਆ ਜਾਂਦਾ ਇਹਦੇ ਵਿੱਚ ਅਸੀਂ ਆਪਣੀਆਂ ਅੰਦਰਲੀਆਂ ਭਾਵਨਾਵਾਂ ਤਾਂ ਜਿਹੜੀਆਂ ਸਾਰਿਆਂ ਸਾਹਮਣੇ ਕਰਦੇ ਹਾਂ ਪਰ ਇੱਕ ਜਿਹੜੀ ਆ ਵਰਡ ਇਹੋ ਜਿਹੇ ਇਹਦੇ ਵਿੱਚ ਆਉਂਦੇ ਆ ਜਿਹੜੇ ਕਿ ਦਿਲ ਨੂੰ ਛੂਹ ਜਾਂਦੇ ਆ ਇਸ ਕਰਕੇ ਇਸ ਵਿਰਸੇ ਨੂੰ ਵੱਧ ਤੋਂ ਵੱਧ ਫੈਲਾਓ ਅਤੇ ਵੱਧ ਤੋਂ ਵੱਧ ਇਸ ਵਿਰਸੇ ਦੇ ਨਾਲ ਜੁੜੋ ਅਤੇ ਇਸ ਜਿਹੜੇ ਮੌਕੇ ਨੂੰ ਤੀਆਂ ਦੇ ਮੌਕੇ ਨੂੰ ਇੰਜੋਏ ਕਰੋ ਬਿਲਕੁਲ ਬਹੁਤ ਐਕਸਾਈਟਡ ਹੈ ਕਿਉਂਕਿ ਹਰ ਸਾਲ ਜਦੋਂ ਵੀ ਇਹ ਪ੍ਰੋਗਰਾਮ ਆਉਂਦਾ ਅਸੀਂ ਇਸੇ ਤਰ੍ਹਾਂ ਇੰਜੋਏ ਕਰਦੇ ਹਾਂ ਔਰ ਬੜਾ ਹੀ ਮਜ਼ਾ ਆਉਂਦਾ ਕਿਉਂਕਿ ਸਾਰੇ ਇੱਥੇ ਇਕੱਠੇ ਹੋਏ ਹੁੰਦੇ ਹਾਂ ਅਤੇ ਕਿਉਂਕਿ ਵੈਸੇ ਤਾਂ ਤੁਹਾਨੂੰ ਵੀ ਪਤਾ ਕਿ ਅੱਜ ਕੱਲ੍ਹ ਲਾਈਫ ਇੰਨੀ ਬਿਜ਼ੀ ਹੋ ਗਈ ਹੈ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਲੱਗਦਾ ਬਟ ਇਹੀ ਇੱਕ ਸਮਾਂ ਹੁੰਦਾ ਜਦੋਂ ਅਸੀਂ ਸਾਰੇ ਲੇਡੀਜ਼ ਇੱਦਾਂ ਇਕੱਠੇ ਹੁੰਦੇ ਹਾਂ ਅਤੇ ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ ਔਰ ਸਾਡੇ ਵਿਚਕਾਰ ਇੱਕ ਬੜੇ ਹੀ ਸੁਰੀਲੀ ਆਵਾਜ਼ ਦੇ ਮਾਲਿਕ ਸਿੰਗਰ ਐਸ ਕੌਰ ਜੀ ਵੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਸੌਂਗਸ ਤੁਸੀਂ ਬਹੁਤ ਸੁਣੇ ਹੋਣਗੇ ਅਤੇ ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਦੇ ਨਾਲ ਵੀ ਕੁਝ ਗੱਲਬਾਤ ਕਰੋ ਉਹ ਸਾਨੂੰ ਪੂਰਾ ਇੰਜੋਏ ਕਰਵਾ ਰਹੀ ਹੈ ਔਰ ਹਾਂਜੀ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਯੋਗਦਾਨ ਉਹਨਾਂ ਦਾ ਹੀ ਹੈ ਸਾਨੂੰ ਇੰਜੋਏ ਕਰਵਾਉਣ ਉਹਨਾਂ ਤੋਂ ਬਿਨਾਂ ਮੈਨੂੰ ਸਾਨੂੰ ਸਾਰਿਆਂ ਨੂੰ ਨਹੀਂ ਲੱਗਦਾ ਕਿ ਅਸੀਂ ਇੰਨਾ ਇੰਜੋਏ ਕਰ ਸਕਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਇਹ ਪ੍ਰੋਗਰਾਮ ਦੇਖ ਰਹੇ ਸਰੋਤੇ ਸੋ ਸਾਰਿਆਂ ਨੂੰ ਐਸ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਨਿਹਾਲ ਸਿੰਘ ਵਾਲੇ ਟੀਚਰ ਕਲੋਨੀ ਦੇ ਵਿੱਚ ਇਹ ਜਿਹੜਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੋ ਬਹੁਤ ਜ਼ਿਆਦਾ ਪਿਆਰ ਮਿਲਦਾ ਹਰ ਸਾਲ ਇੱਥੇ ਤਕਰੀਬਨ ਮੈਨੂੰ ਬੁਲਾਉਂਦੇ ਨੇ ਤਾਂ ਬਹੁਤ ਮਜ਼ਾ ਆਉਂਦਾ ਆਪਣੀ ਫੈਮਿਲੀ ਦੀ ਤਰ੍ਹਾਂ ਮਜ਼ਾ ਆਉਂਦਾ ਔਰ ਮੈਂ ਹਮੇਸ਼ਾ ਸਾਰਿਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਪਿੰਡ ਪਿੰਡ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾਵੇ ਤੀਆਂ ਦਾ ਕਿਉਂਕਿ ਇਹ ਜਿਹੜਾ ਤੀਆਂ ਦਾ ਪ੍ਰੋਗਰਾਮ ਹੈ ਸਾਉਣ ਦੇ ਮਹੀਨੇ ਦੇ ਵਿੱਚ ਲੇਡੀਜ਼ ਨੇ ਆਪਣੇ ਘਰੋਂ ਟਾਈਮ ਕੱਢ ਕੇ ਇੱਥੇ ਟਾਈਮ ਕੱਢਣਾ ਹੁੰਦਾ ਤੀਆਂ ਦੇ ਵਿੱਚ ਇੰਜੋਏ ਕਰਨਾ ਹੁੰਦਾ ਸੋ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਹਰ ਪਿੰਡ ਪਿੰਡ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾਵੇ ਔਰ ਮੈਂ ਬੜੀ ਧੰਨਵਾਦ ਹੈ ਇਹਨਾਂ ਦੀ ਥੈਂਕਸ ਹੈ ਦਿਲੋਂ ਧੰਨਵਾਦ ਹੈ ਇਹਨਾਂ ਦਾ ਜੋ ਮੈਨੂੰ ਇੰਨਾ ਪਿਆਰ ਬਖਸ਼ਦੇ ਨੇ ਨਹੀਂ ਐਕਚੁਲੀ ਵੈਸੇ ਤਾਂ ਫੈਮਿਲੀ ਰਿਲੇਸ਼ਨ ਨੇ ਬਟ ਮੈਨੂੰ ਹਰ ਤੀਆਂ ਦੇ ਫੰਕਸ਼ਨ 'ਤੇ ਮੈਨੂੰ ਇੱਥੇ ਬੁਲਾਇਆ ਜਾਂਦਾ ਕੋਈ ਵੀ ਫੰਕਸ਼ਨ ਹੁੰਦਾ ਤਾਂ ਐਸ ਕੌਰ ਨੂੰ ਜ਼ਰੂਰ ਯਾਦ ਕਰਦੇ ਨੇ ਸਾਰੇ ਹਾਂਜੀ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸੁਹਾਗ ਜ਼ਰੂਰ ਸੁਣਾਊਂਗੀ ਔਰ ਉਸ ਤੋਂ ਬਾਅਦ ਬੋਲੀਆਂ ਇੱਕ ਦੋ ਬੋਲੀਆਂ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਹੋਏ ਉੱਚੀ ਟਾਲੀ ਤੇ ਕੁੱਗੀਆਂ ਦਾ ਜੋੜਾ ਮਾਵਾਂ ਤੀਆਂ ਦਾ ਡਾਡਾ ਵਿਛੋੜਾ ਰੱਬਾ ਕਿਤੇ ਮਿਲੀਏ ਹੋ ਕਿਤੇ ਮਿਲੀਏ ਤੇ ਮਿਲ ਮੇਰੀਏ ਮਾਏ ਨੀ ਹੁਣ ਤਾਂ ਪੈ ਗਈਆਂ ਵਾਸ ਪਰਾਏ ਰੱਬਾ ਕਿਤੇ ਮਿਲੀਏ ਰੱਬਾ ਕਿਤੇ ਮਿਲੀਏ ਹੋ ਡਿੱਠਾ ਪਲੰਗ ਤੇ ਵਿਛਿਆ ਵਿਛੋਣਾ ਨੀ ਜਿੱਥੇ ਮਾਵਾਂ ਤੀਆਂ ਰਲ ਸੋਣਾ ਰੱਬਾ ਕਿਤੇ ਮਿਲੀਏ ਹੋ ਕਿਤੇ ਮਿਲੀਏ
ਦਿਲ ਮੇਰੀ ਐ ਮਾਏ ਨੀ ਹੁਣ ਤਾਂ ਪੈ ਗਈਆਂ ਵਾਸ ਪਰਾਏ ਰੱਬਾ ਕਿਤੇ ਮਿਲੀਏ ਸੋ ਥੈਂਕ ਯੂ ਸੋ ਮਚ ਜੀ ਹਾਂਜੀ ਜ਼ਰੂਰ ਜੀ ਸੌਣ ਮਹੀਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨੀ ਸੰਤੋ ਬੰਤੋ ਹੋਈਆਂ ਇਕੱਠੀਆਂ